ਸਤਿ ਸ਼੍ਰੀ ਅਕਾਲ ਦੋਸਤੋ, ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਇਸ ਵੇਲੇ ਦੀ ਵੱਡੀ ਖਬਰ, ਕੈਨੇਡਾ 'ਚ ਵਿਆਹ ਦੇ 6 ਸਾਲ ਬਾਅਦ ਪੰਜਾਬੀ ਫੋਟੋਗ੍ਰਾਫ ਨੂੰ ਇਸ ਕਾਰਨ ਉਲਟਾ ਖੁਦ ਦੇਣੇ ਪਏ 13 ਲੱਖ ਰੁਪਏ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀਡੀਓ ਬਾਰੇ ਸਾਰੀ ਇਨਫੋਰਮੇਸ਼ਨ ਮਿਲ ਸਕੇ। ਪਰ ਅੱਜ ਅਸੀਂ ਇੱਕ ਅਜਿਹੀ ਲਾਪਰਵਾਹੀ ਅਤੇ ਅਣਗਹਿਲੀ ਬਾਰੇ ਤੁਹਾਨੂੰ ਦੱਸਣਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਨਾਲ ਹੀ ਉਸ ਤੋਂ ਇੱਕ ਸਬਕ ਵੀ ਲਓਗੇ। ਜੀਵਨ ਦੇ ਵਿੱਚ ਲਾਪਰਵਾਹੀਆਂ ਅਤੇ ਅਣਗਹਿਲੀਆਂ ਕਾਰਨ ਲੱਗੇ 100 ਵਾਰ ਸੋਚ ਦੱਸਦੇ ਕਿ ਇੱਕ ਵਿਅਕਤੀ ਦੇ ਵੱਲੋਂ ਅਜਿਹੀ ਲਾਪਰਵਾਹੀ ਅਤੇ ਅਣਗਹਿਲੀ ਕੀਤੀ ਗਈ ਕਿ ਉਸ ਵਿਅਕਤੀ ਨੂੰ ਉਸਦਾ ਮੁੱਲ 13 ਲੱਖ ਰੁਪਏ ਚੁਕਾਉਣਾ ਪਿਆ। ਇਸ ਵਿਅਕਤੀ ਦੀ ਅਣਗਹਿਲੀ ਕਾਰਨ ਉਸਨੂੰ ਅਦਾਲਤ ਨੇ 13 ਲੱਖ ਰੁਪਏ ਤੋਂ ਵੱਧ ਜੁਰਮਾਨਾ ਲਗਾਇਆ। ਹੁਣ ਉਸ ਵਿਅਕਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੱਸ ਦਈਏ ਕਿ ਕੈਨੇਡਾ ਦੇ ਸਰੀ ਦੇ ਵਿੱਚ ਇੱਕ ਪੰਜਾਬੀ ਜੋੜੇ ਦਾ 2015 ਵਿੱਚ ਵਿਆਹ ਹੋਇਆ ਸੀ, ਜਿਸ ਦੇ ਵਿਆਹ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਇੱਕ ਅਮਨ ਬੱਲ ਨਾਮ ਦੇ ਵਿਅਕਤੀ ਦੇ ਵੱਲੋਂ ਉਹਨਾਂ ਦੀ ਕੰਪਨੀ ਵੱਲੋਂ ਬਣਾਈ ਗਈ ਸੀ। 2015 ਦੇ ਉਸ ਸਮੇਂ ਵਿਆਹ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨ ਲਈ ਲਗਭਗ $8,500 'ਚ ਹੋਈ ਸੀ, ਪਰ ਜਿਨ੍ਹਾਂ ਦੇ ਵੱਲੋਂ ਉਸ ਜੋੜੇ ਦੀ ਵੀਡੀਓ ਬਣਾਈ ਗਈ ਉਸ ਨੂੰ 6 ਸਾਲ ਬੀਤਣ ਤੋਂ ਬਾਅਦ ਨਾ ਤਾਂ ਉਹਨਾਂ ਦੇ ਵਿਆਹ ਦੀ ਐਲਬਮ ਅਤੇ ਨਾ ਹੀ ਵਿਆਹ ਦੀ ਕੋਈ ਮੂਵੀ ਬਣਾ ਕੇ ਦਿੱਤੀ ਗਈ, ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਇਸ ਜੋੜੇ ਨੇ ਅਦਾਲਤ ਦਾ ਬੂਹਾ ਹੜਕਾਇਆ ਅਤੇ ਅਦਾਲਤ ਦੇ ਵੱਲੋਂ ਇਸ ਵਿਅਕਤੀ ਨੂੰ $22,000 ਦਾ ਜੁਰਮਾਨਾ ਲਗਾਇਆ ਗਿਆ। ਧੰਨਵਾਦ।